पिछले कई दिनों तो फाजिलका शहर अंदर मोटरसाइकिल चोरी दी घटनावां रोकण दा नां नहीं लै रही सन। अज पुलिस नूं इस घटनावां नूं रोकण विच वड्डी सफलता मिली, जिस तहत पुलिस वल्लों चोर गिरोह दे इक मैंबर नूं परिवार समेत फड़िया गया। इस संबंधी बोलदे होए SHO सिटी ने की कुछ कहा, सब कुछ जानने लिए साडे पत्रकार साहिल पठेजा दी रिपोर्ट। वैसे सर की करना होंदा, चोरां ने की करना, चोरां दे कपड़े डांगां दे गाज इक पंजाबी दी कहावत आ, 1000 ਦੀ ਚੀਜ਼ ਇਹਨਾਂ 500-1000 ਦੀ ਵੀ ਦੇਣੀ ਆ, ਔਖਾ ਪੀ ਲਿਆ ਮੁੜ ਕੇ ਫਿਰ ਚੋਰੀ ਕਰ। ਕਿਸ ਤਰ੍ਹਾਂ ਦੇ ਇਸਤੇਮਾਲ ਕਰਦੇ ਸੀ, ਕੋਈ ਨਸ਼ੇ ਵਾਸਤੇ ਜਾਂ ਕਿਸ ਤਰ੍ਹਾਂ ਦੇ? ਕੋਈ ਉਹ ਵਾਲੀ ਤਫਤੀਸ਼ ਮੁੱਢਲੇ ਦੌਰ 'ਚ ਜਿਹੜਾ ਅਸਲ ਮੇਨ ਦੂਸਰਾ ਵੀ ਸੰਦੀਪ ਜਦੋਂ ਫੜਿਆ ਜਾਏਗਾ ਉਦੋਂ ਗੱਲ ਨੰਗੀ ਚਿੱਟੀ ਹੋਵੇਗੀ। ਇਹ ਨਸ਼ੇ ਦਾ ਵੀ ਹੱਦੀ ਸਰ ਤਫਤੀਸ਼ ਕਰਾਈ, ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ। ਸਰ ਮੋਟਰਸਾਈਕਲ ਜਿਹੜਾ ਚੋਰੀ ਦਾ ਇਹਨਾਂ ਕੋਲ ਬਰਾਮਦ ਹੋਇਆ, ਉਹ ਕਿੱਥੋਂ ਦਾ ਜੀ, ਇਹਨੇ ਕਿੱਥੋਂ ਚੁਰਾਇਆ ਸੀ? ਉਹ ਤਾਂ ਜੀ ਇਹ ਦੱਸ ਰਿਹਾ ਵੀ ਮੈਂ ਫਲਾਣੇ ਥਾਂ ਤੋਂ ਕੀਤਾ ਸੀ, ਕਿਉਂਕਿ ਤੁਹਾਨੂੰ ਦੱਸਿਆ ਵੀ ਤਫਤੀਸ਼ ਅਲੀ ਉਹਨੇ ਮੁਕੱਦਮਾ ਹੀ ਦਰਜ ਕੀਤਾ, ਉਹਦਾ ਰਿਮਾਂਡ ਲੈ ਕੇ ਪੂਰਾ ਪ੍ਰੋਪਰ ਹੋਇਆ, ਜਿਹੜਾ ਮਾਲਕ ਵੀ ਤਸਦੀਕ ਕੀਤਾ ਜਾਵੇਗਾ ਉਹਦਾ ਕਿੱਥੇ ਮੁਕੱਦਮਾ ਦਰਜ ਆ, ਉਹ ਸਾਰਾ ਕੁਝ ਕਰਕੇ ਤਫਤੀਸ਼ ਦੇ ਵਿੱਚ। ਉਮੀਦ ਕਰ ਸਕਦੇ ਹਾਂ ਕਿ ਕੋਈ ਵੱਡੇ ਖੁਲਾਸਾ ਹੋ ਸਕੇ? ਬਿਲਕੁਲ, ਸਾਨੂੰ ਵੀ ਉਮੀਦ ਹੈ ਔਰ ਮਾਨਯੋਗ SSP ਸਾਹਿਬ ਦੇ ਬਿਲਕੁਲ ਸਾਫ਼ ਨਿਰਦੇਸ਼ ਨੇ ਵੀ ਜਿਹੜੇ ਚੋਰ ਨੇ ਉਹਨਾਂ ਦੀ ਤਹਿ ਤੱਕ ਜਾ ਕੇ, ਕਿਉਂਕਿ ਸ਼ਹਿਰ ਦੇ ਵਿੱਚ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਨੇ, ਮੈਂ ਜਦੋਂ ਦਾ ਲੱਗਾ ਸੀ ਤਾਂ ਠੱਲ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ। ਪਿੱਛੇ ਜੇ ਪੁਲਿਸ ਚੋਣਾਂ ਦੇ ਵਿੱਚ ਬਿਜ਼ੀ ਰਹਿਣ ਨੂੰ ਕਰਕੇ ਕੋਈ ਥੋੜ੍ਹਾ ਜਿਹਾ ਉਹਨਾਂ ਨੂੰ ਸਮਾਂ ਮਿਲ ਗਿਆ ਸੀ, ਹੁਣ ਅਸੀਂ ਫ੍ਰੀ ਹਾਂ। PCR ਲੋਕਲ ਪੁਲਿਸ ਅਸੀਂ ਪੂਰਾ ਆਪਣੇ ਤੌਰ 'ਤੇ ਜਿਹੜਾ ਉਹ ਟਰਾਈ ਕਰ ਰਹੇ ਹਾਂ ਵੀ ਚੋਰੀ ਦੀ ਜਿਹੜੀ ਆ ਵਾਰਦਾਤ ਆ ਉਹਨਾਂ ਨੂੰ ਠੱਲ ਪਾਈ ਜਾਵੇ। ਅਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸ਼ਹਿਰ ਨਿਵਾਸੀਆਂ ਨੂੰ ਅਤੇ ਲੱਖਾਂ ਨਿਵਾਸੀਆਂ ਨੂੰ ਮੈਂ ਅਪੀਲ ਕਰਦਾ ਵਾਂ ਵੀ ਉਹ ਆਪਣੇ 2-wheeler ਜਿਹੜੇ ਨੇ ਜਾਂ ਜਦੋਂ ਸ਼ਹਿਰ ਵਿੱਚ ਆਉਂਦੇ ਨੇ ਉਹ ਖੜ੍ਹੇ ਕਰਨ ਲੱਗੇ ਕਿਸੇ ਚੰਗੀ ਜਗ੍ਹਾ ਦੇ ਉੱਤੇ ਖੜ੍ਹੇ ਕਰਨ ਜਾਂ ਕਿਸੇ ਦੀ ਨਿਗਰਾਨੀ ਹੇਠ ਜਾਂ ਪਾਰਕ ਭੇਟ ਕਰੇ ਕਰਨ। ਬਾਹਲੇ ਮੋਟਰਸਾਈਕਲ ਲੋਕ ਤੁਰੇ ਤੁਰੇ ਆਉਂਦੇ ਨੇ, ਸੜਕ 'ਤੇ ਲਾਇਆ ਆਪਣਾ ਕੰਮ ਚਲੇ ਗਏ, ਉਹ ਆ ਕੇ ਸਾਨੂੰ ਜਦੋਂ ਸ਼ਿਕਾਇਤ ਕਰਦੇ ਜੀ ਅਸੀਂ ਮੈਂ 2 ਘੰਟੇ ਬਾਅਦ ਆਇਆ ਤਾਂ ਮੇਰਾ ਮੋਟਰਸਾਈਕਲ ਉੱਥੇ ਨਹੀਂ ਸੀ। ਮਹਿੰਗੀ ਚੀਜ਼ ਆ, ਜਦੋਂ ਆਪਾਂ ਇਹਨੂੰ ਖਿਲਾਰਦੇ ਹਾਂ ਕਿਸੇ ਦੀ ਜ਼ਿੰਮੇਵਾਰੀ ਹੇਠ ਖਿਲਾਰ ਕੇ ਜਾਣ ਜਾਂ ਪਾਰਕ ਨਾ ਬਣੀਆਂ ਨੇ ਉੱਥੇ ਖਿਲਾਰ ਕੇ ਜਾਣ, ਕਿਉਂਕਿ ਉਹ ਵੀ ਲੋਕ ਸਹਿਯੋਗ ਕਰਨ, ਸਾਰਾ ਕੰਮ ਜਿਹੜਾ ਪੁਲਿਸ ਆ ਉਹ ਉਸ ਦੇ ਉੱਤੇ ਲਾ ਸਕੇ। ਇਹਦੀ ਉਮਰ ਕਿੰਨੀ ਹੈ ਜੇ ਗੱਲ ਕਰੀਏ? ਇਹਦੀ ਉਮਰ ਆਧਾਰ ਕਾਰਡ ਦੇ ਮੁਤਾਬਕ 20 ਸਾਲ। ਠੀਕ ਹੈ ਸਰ, ਥੈਂਕ ਯੂ। ਪੂਰੀ ਤਫਤੀਸ਼ ਜਿਹੜੀ ਆ ਉਹ ਤਰੀਕੇ ਦੇ ਨਾਲ ਕਰਕੇ ਪ੍ਰੋਪਰ ਬਸ ਵੱਧ ਮੋਟਰਸਾਈਕਲ ਕੰਮ ਕੀਤੇ ਆ। ਸਰ ਇਹ ਲੜਕਾ ਕਰਦਾ ਕੀ ਹੈ ਜੀ? ਇਹ ਲੜਕਾ ਬਸ ਵਿਹਲਾ ਹੀ ਆ ਜੀ, ਕੋਈ ਥੋੜ੍ਹਾ ਹੀ ਪੜ੍ਹਿਆ ਵਾ, ਇਹੋ ਹੀ ਕੰਮ ਕਰਦੇ ਨੇ, ਚੋਰੀ ਦੇ ਆਦੀ ਨੇ ਇਹ। ਮੋਟਰਸਾਈਕਲ ਵੇਚ ਲਿਆ, ਚੁੱਕ ਲਿਆ, ਵੇਚ ਲਿਆ, ਜਿਹੜਾ ਕਿਸੇ ਦਾ ਨਵਾਂ ਜਾਂ ਪੁਰਾਣਾ ਮੋਟਰਸਾਈਕਲ ਆ ਇਹ ਕੌਡੀਆਂ ਦੇ ਪਾ ਕੇ ਵੇਚ ਦਿੰਦੇ ਨੇ, ਔਰ ਜਿਹੜੇ ਲੈਣ ਵਾਲੇ ਨੇ ਬੰਦੇ ਉਹ ਵੀ ਗਲਤੀ ਕਰਦੇ ਨੇ, ਉਹਨਾਂ ਨੂੰ ਵੀ ਜਿੰਨਾ ਲੈਣੇ ਮੋਟਰਸਾਈਕਲ ਉਹਨਾਂ ਨੂੰ ਵੀ ਅਸੀਂ ਨਾਲ ਦੀ ਨਾਲ ਸ਼ਾਮਿਲ ਤਫਤੀਸ਼ ਕਰਾਂਗੇ। ਜੋ ਵੀ ਇਸ ਮੁਕੱਦਮੇ ਦੇ ਵਿੱਚ ਹੱਕੀ ਦੋਸ਼ੀ ਹੋਵੇਗਾ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ, ਬਿਨਾਂ ਕਿਸੇ ਸਾਨੂੰ ਇਸ ਦਬਾਅ ਦੇ ਜਿਹੜੀ ਤਫਤੀਸ਼ ਆ ਉਹ ਅਸੀਂ ਕਰਾਂਗੇ। ਸਰ ਕੋਈ ਇਹ ਸਾਹਮਣੇ ਆਇਆ ਕਿ ਕਿਹੜੇ ਕਿਹੜੇ ਇਲਾਕਿਆਂ ਤੋਂ ਇਹਨਾਂ ਨੇ ਮੋਟਰਸਾਈਕਲ ਚੋਰੀ ਕੀਤੇ ਨੇ? ਮੁੱਢਲੀ ਪੁੱਛਗਿੱਛ ਵਿੱਚ ਤਾਂ ਸਾਨੂੰ ਇਹ ਜ਼ਿਆਦਾ ਇਹਦੀ ਜਿਹੜੀ ਫਾਜ਼ਿਲਕਾ ਦੇ ਵਿੱਚ ਇਹਨਾਂ ਦੱਸਿਆ ਵੀ ਅਸੀਂ ਵੱਖ ਵੱਖ ਥਾਵਾਂ ਤੋਂ ਜਿਹੜੇ ਉਹ ਚੋਰੀ ਕਰਦੇ ਹਾਂ, ਮੌਕਾ ਦੇਖਦੇ ਨੇ ਜਿੱਥੋਂ ਇਹ ਸਮਝਦੇ ਨੇ ਵੀ ਲੱਗੇ ਨੇ ਲਾ ਕੇ ਕੋਈ ਬੰਦਾ ਨਹੀਂ ਹੈਗਾ, ਉਹ ਇਹਨੂੰ ਸੰਦੀਪ ਵਗੈਰਾ ਇਹਨੂੰ ਉਤਾਰ ਦਿੰਦਾ ਸੀ ਇੱਥੇ, ਇਹ ਮੌਕਾ ਪਾ ਕੇ ਮੋਟਰਸਾਈਕਲ, ਕਿਉਂਕਿ ਇਹ ਸ਼ਾਤਰ ਦਿਮਾਗ ਨੇ ਔਰ ਐਕਸਪਰਟ ਨੇ ਮੋਟਰਸਾਈਕਲ ਨੂੰ ਚਾਬੀ ਲਾਉਣ ਦੀ, ਚਾਬੀ ਲਾ ਕੇ ਮੋਟਰਸਾਈਕਲ ਭਜਾ ਕੇ ਲੈ ਜਾਂਦੇ ਨੇ। ਜਿਹੜਾ ਅਸੀਂ ਉਹ ਜਿੱਥੋਂ ਇਹਨਾਂ ਨੇ ਚੋਰੀ ਦੀਆਂ ਮੰਨੀਆਂ ਨੇ ਵਾਰਦਾਤਾਂ ਉੱਥੋਂ ਕੈਮਰੇ ਵੀ ਖੰਗਾਲਣ ਲਈ ਮੈਂ ਪ੍ਰਿਤਪਾਲ ਨੂੰ ਹਦਾਇਤ ਕੀਤੀ ਹੈ ਵੀ ਉਹਨਾਂ ਥਾਵਾਂ ਤੋਂ ਕੈਮਰਿਆਂ ਦੀ ਫੋਟੋਜ ਲੈ ਕੇ ਉਹਨਾਂ ਨੂੰ ਤਸਦੀਕ ਕੀਤਾ ਜਾਵੇ। ਇੱਕ ਦੋਸ਼ੀ ਜਿਹੜੇ ਦੂਸਰਾ ਸੰਦੀਪ ਜਿਹੜਾ ਮੌਕੇ ਤੋਂ ਉਹਦੀ ਮਾਂ ਭੱਜ ਗਈ, ਸਾਡਾ ਜ਼ਿਆਦਾ ਹੁਣ ਜ਼ੋਰ ਆ ਵੀ ਉਹਨਾਂ ਨੂੰ ਪਹਿਲਾਂ ਅਸੀਂ ਕਾਬੂ ਕਰਕੇ ਅਤੇ ਅਗਲੀ ਜਿਹੜੀ ਰਿਕਵਰੀ ਕਰਕੇ ਉਹ ਤੁਹਾਨੂੰ ਦੁਬਾਰਾ ਦੱਸਿਆ ਗਿਆ। ਇਹ ਸਰ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਚੋਰੀ ਦਾ ਇਹਨੇ ਮਿਲਿਆ? ਤੁਹਾਡੀ ਤਫਤੀਸ਼ ਮੁੱਢਲੇ ਦੌਰ ਦੇ ਵਿੱਚ ਜੀ, ਇਹ ਤਾਂ ਅਸੀਂ 4-5 ਜਿਹੜਾ ਇਹ ਕਹਿ ਰਿਹਾ ਮੰਨ ਰਿਹਾ, ਪਰ ਸਾਨੂੰ ਉਮੀਦ ਹੈ ਵੀ ਇਹ ਕਾਫੀ ਚਿਰ ਤੋਂ ਕਰ ਰਹੇ ਸੀ ਅਤੇ ਪੁਲਿਸ ਦੀਆਂ ਨਿਗਾਹ 'ਚੋਂ ਬਚ ਰਿਹਾ ਸੀ, ਇਹਦਾ ਪੁਰਾਣਾ ਜਿਹੜਾ ਰਿਕਾਰਡ ਹੈ ਪੁਲਿਸ ਦਾ ਉਹ ਵੀ ਖੰਗਾਲਿਆ ਜਾਵੇਗਾ। ਮਤਲਬ ਅਤੇ ਜਿਹੜਾ
ਬਿਲਕੁਲ ਤਫਤੀਸ਼ ਜਦੋਂ ਮੁਕੰਮਲ ਕੀਤੀ ਜਾਵੇਗੀ ਫਿਰ ਗੱਲ ਸਾਹਮਣੇ ਆਵੇਗੀ ਵੀ ਕਿੰਨੇ ਚਿਰ ਦੇ ਕਰ ਸੰਬੰਧ ਵਿੱਚ ਜਿਹੜਾ ਉਹ ਸਕਿਉਰਟੀ ਪ੍ਰੋਗਰਾਮ ਜਾਰੀ ਕੀਤਾ ਜਾਊਗਾ ਮਾਨਯੋਗ SSP ਸਾਹਿਬ ਦੇ ਦਫ਼ਤਰ ਵੱਲੋਂ ਅਸੀਂ ਆਪਣੇ ਤੌਰ 'ਤੇ ਜਿਹੜਾ ਮੰਦਰਾਂ ਵਾਲੇ ਕਮੇਟੀਆਂ ਨੇ ਦੂਜੀਆਂ ਤੀਜੀਆਂ ਉਹਨਾਂ ਨਾਲ ਤਾਲਮੇਲ ਕਰ ਰਹੇ ਹਾਂ ਜਿਹੜੇ ਮੇਨ ਪੁਆਇੰਟ ਆ ਉੱਥੇ ਅਸੀਂ ਵੱਧ ਤੋਂ ਵੱਧ ਨਾਕੇ 'ਤੇ ਗਸ਼ਤਾਂ ਲਾਵਾਂਗੇ ਮੈਂ ਖੁਦ ਵੀ ਜਿਹੜਾ ਉਹ ਸਾਰੇ ਦੀ ਨਿਗਰਾਨੀ ਕਰਾਂਗਾ DSP ਸਾਹਿਬ ਮਾਨਯੋਗ SPD ਸਾਹਿਬ SPH ਸਾਹਿਬ SSP ਸਾਹਿਬ ਸਮੇਂ ਸਮੇਂ 'ਤੇ ਉਹਦੇ ਸੰਬੰਧੀ ਜਿਹੜੀਆਂ ਗਾਈਡਲਾਈਨ ਜਾਰੀ ਕਰਦੇ ਉਹਦਾ ਮੁਤਾਬਕ ਜਿਹੜਾ ਉਹ ਪੂਰਨ ਜਿਹੜੀ ਉਹ ਸੁਰੱਖਿਆ ਦਿੱਤੀ ਜਾਵੇਗੀ ਲੋਕਾਂ ਨੂੰ ਅਤੇ ਮੈਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਵੀ ਉਹ ਜਿਹੜਾ ਇਹ ਉਸ ਤਵੈਸ ਬਰਾਤਰੀ ਦਾ ਉਹ ਬਿਨਾਂ ਕਿਸੇ ਡਰ ਭੈ ਦੇ ਮਨਾ ਸਕਦੇ ਆ ਉਹਨਾਂ ਦੀ ਸੁਰੱਖਿਆ ਦਾ ਜ਼ਿੰਮੇਵਾਰੀ ਸਾਡੀ ਹੈ ਪੂਰਨ ਸੁਰੱਖਿਆ ਦਿੱਤੀ ਕੀ ਕਿਸੇ ਮੰਦਰ ਕਮੇਟੀ ਨੇ ਤੁਹਾਡੇ ਨਾਲ ਸੰਪਰਕ ਕੀਤਾ ਹੈ ਕਿ ਸ਼ਿਵਰਾਤਰੀ ਨੂੰ ਲੈ ਕੇ ਸਿਕਿਉਰਟੀ ਦੇ ਮੰਦਰ ਕਮੇਟੀ ਵੱਲੋਂ ਆਪਣੇ ਤੌਰ 'ਤੇ ਨਹੀਂ ਕੀਤਾ ਗਿਆ ਅਸੀਂ ਖੁਦ ਕਮੇਟੀ ਵਾਲਿਆਂ ਨਾਲ ਸੰਪਰਕ ਕਰ ਰਹੇ ਹਾਂ ਵੀ ਉਹ ਸਾਨੂੰ ਦੱਸਣ ਕਿੱਥੇ ਉਹਨਾਂ ਨੂੰ ਜ਼ਰੂਰਤ ਆ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਰੇ ਜਿਹੜੇ ਕਮੇਟੀ ਵਾਲੇ ਆ ਉਹ ਜਿੱਥੇ ਉਹਨਾਂ ਨੇ ਮਨਾਉਣੀ ਉੱਥੇ ਖਾਸ ਕਰਕੇ ਮੇਨ ਗੇਟ 'ਤੇ ਅੰਦਰ ਕੈਮਰੇ ਦਾ ਪ੍ਰੋਗਰਾਮ ਹੋਵੇ ਕੈਮਰੇ ਲੱਗੇ ਹੋਣ CCTV ਕੈਮਰੇ ਮੰਦਰ ਦੀ ਚਾਰ ਦੁਆਰੀ ਪ੍ਰੋਪਰ ਹੋਵੇ ਗੇਟ ਆਉਣ ਜਾਣ ਵਾਲਾ ਇੱਕ ਹੋਵੇ ਜਿੱਥੋਂ ਮੰਨ ਅਸੀਂ ਨਿਗਰਾਨੀ ਕਰ ਸਕੀਏ ਫੋਰਸ ਤੈਨਾਤ ਕਰ ਦਿੱਤੀ ਗਈ ਹੈ ਜੀ ਕਿ ਬਸ ਫੋਰਸ ਪ੍ਰੋਗਰਾਮ ਜਿਹੜਾ ਉਹ ਜਾਰੀ ਹੋ ਗਿਆ ਉਹਦੇ ਮੁਤਾਬਕ ਤੈਨਾਤ ਕਰ ਠੀਕ ਹੈ।